ਅਸਲਾਮ ਅਲੈਕੁਮ, ਕਿਆ ਹਾਲ ਇੰਜੀਤ ਬੇ ਅਸਰ ਠੀਕ ਹੈ? ਮੈਂ ਮੋਹਸਿਨ ਰਜ਼ਾ, ਤੁਹਾਡੇ ਬੇਬੇ ਯੂਟਿਊਬ ਚੈਨਲ ਮਲਿਕ ਮੋਹਸਿਨ। ਵੇਵਰ ਅੱਜ ਦਾ ਦਿਨ ਬਹੁਤ ਠੰਡਾ ਠਾਰ ਹੈ, ਬਹੁਤ ਮਜ਼ੇਦਾਰ ਲੈਵਲ ਵਾਲਾ ਮੌਸਮ ਬਣਾ ਕਰੇ। ਦੋ ਤਰਾਏ ਦਿਨ ਠੀਕ ਗਏ, ਬਹੁਤ ਗਰਮੀ ਆਈ ਅਤੇ ਗਰਮੀ ਤੋਂ ਬਾਅਦ ਯਾਨੀ ਕਿ ਉਹ ਸਾਰੇ ਵਾਸਤੇ ਤਾਂ ਗਰਮੀ ਆਈ, ਲੇਕਿਨ ਉਹ ਕਿਸਾਨਾਂ ਵਾਸਤੇ ਜਾਂ ਮਜ਼ਦੂਰ ਲੋਕਾਂ ਵਾਸਤੇ ਜਾਂ ਜ਼ਮੀਨਦਾਰਾਂ ਵਾਸਤੇ ਬਹੁਤ ਹੀ ਗੁੱਡ ਨਿਊਜ਼ ਆਈ, ਕਿਉਂਕਿ ਉਹਨਾਂ ਵਾਸਤੇ ਤਾਂ ਚੰਗਾ ਮੌਸਮ ਇਹ ਜੀ, ਉਹਨਾਂ ਦੀ ਫਸਲਾਂ ਕੁੰਜੀਦੀਆਂ ਪਈਆਂ ਹਨ ਅਤੇ ਮੁੱਕਦੀਆਂ ਪਈਆਂ ਹਨ ਅਤੇ ਬਖੈਰ ਔਫੀਅਤ ਘਰ ਉਹਨਾਂ ਦੀਆਂ ਪਹੁੰਚਦੀਆਂ ਪਈਆਂ। ਲੇਕਿਨ ਜੂੰ ਹੀ ਮੌਸਮ ਅੱਜ ਖਰਾਬ ਥੀਏ ਤਾਂ ਵੱਧ ਕਿਸਾਨਾਂ ਦੇ ਜ਼ਮੀਨਦਾਰਾਂ ਦੇ ਚਿਹਰਿਆਂ 'ਤੇ ਥੋੜ੍ਹੀ ਜਿਹੀ ਮਾਯੂਸੀ ਦਿਖਾਈ ਦਿੰਦੀ ਹੈ। ਤਾਂ ਦੁਆ ਹੈ ਅੱਲਾ ਹਰ ਮੁਸਲਮਾਨ ਦੀਆਂ ਫਸਲਾਂ ਦੀ ਖੁਦ ਹਿਫਾਜ਼ਤ ਫਰਮਾਵੇ। ਸਾਰੇ ਟਿਊਬਵੈਲ ਮੈਂ ਆਇਆ ਵਾ, ਦਮ ਟਿਊਬਵੈਲ ਆਪਣੇ 'ਤੇ ਬੋਰ 'ਤੇ, ਤਾਂ ਇਹਦੀ ਹਾਲਤ ਬਹੁਤ ਖਰਾਬ ਦੀ ਖੜੀ। ਕੱਲ੍ਹ ਅਸਾਂ ਚਲਾਇਆ ਹਾਈ ਅਤੇ ਇਹਦਾ ਮੇਰੇ ਖਿਆਲ ਡੀਜ਼ਲ ਮੁੱਕ ਗਿਆ ਸੀ, ਇਹ ਪੱਕਾ ਬੱਦਾ ਖੜੇ ਅਸੀਂ ਇੰਨਾ ਛਿੜੀ ਦੇ। ਤਾਂ ਕੱਲ੍ਹ ਅਸਾਂ ਇਹ ਚਲਾਇਆ ਹਾਈ, ਲੇਕਿਨ ਇਹਦਾ ਡੀਜ਼ਲ ਮੈਨੂੰ ਲੱਗਦਾ ਰਾਹ ਖਤਮ ਥੀ ਗਈ, ਇਸ ਵਜ੍ਹਾ ਤੋਂ ਇਹ ਬੰਦ ਥੀ ਗਿਆ। ਅੱਜ ਮੌਸਮ ਖਰਾਬ ਹੈ, ਅੱਜ ਅਸਾਂ ਨਹੀਂ ਚਲਾਇਆ, ਅਸਾਂ ਕਿਸ਼ ਪਿਲਾਉਣੀ ਉਹ ਤੁਹਾਨੂੰ ਮੈਂ ਗਵਾਂਗੇ ਦੱਸਿਆ। ਅਤੇ ਅੱਜ ਅਸਾਂ ਨਹੀਂ ਚਲਾਇਆ, ਇਹ ਖੜਾ ਹੀ ਮੈਂ, ਇਹਦਾ ਕੋਈ ਗਰੀਬ ਨਿਵਾਜ ਢੱਕੋ ਨਹੀਂ ਚਾਹ ਕੇ ਨਿਕਲ ਗਈ। ਇਹ ਇਹਦਾ ਹੌਜ਼ ਹੈ, ਅੱਗੂ ਇੱਥੋਂ ਪਾਣੀ ਵਹਿੰਦਾ, ਇੱਕ ਪਾਣੀ ਤੂੰ ਇੰਝ ਟਰਨ ਕਰੀਂਦਾ, ਇੱਕ ਇੰਝ ਟਰਨ ਕਰੀਂਦਾ, ਔਰ ਇੱਕ ਪਾਣੀ ਸਾਡੇ ਦੇ ਪੈਸੋ ਸਿੱਧਾ ਵਹਿੰਦਾ। ਇਸ ਜਾ 'ਤੇ ਜਹਰੀ ਜੀ ਲੱਗੀ ਹੋਈ ਹੈ, ਮਾਣ ਕੱਪੀ ਹੋਈ ਹੈ, ਇੱਥੋਂ ਇੱਕ ਸਿੱਧਾ ਵਹਿੰਦਾ ਅੱਗਾਂ, ਮਤਲਬ ਤਰਾਏ ਪਾਸੇ ਪਾਣੀ ਵਹਿੰਦਾ ਪੀਏ, ਔਰ ਚੌਥੇ ਪਾਸੇ ਵਾਂਝ ਸਕਦਾ। ਲੇਕਿਨ ਅਜੇ ਜ਼ਮੀਨ ਲੇਵਲ ਕੋਨੀ ਥੀ, ਸਿੱਧੀ ਕੋਨੀ ਥੀ, ਇਸ ਵਜ੍ਹਾ ਤੋਂ ਇੱਦੇ ਜਾਂ ਕੋਨੀ ਵਹਿੰਦਾ, ਕਿਉਂਕਿ ਜਿਸ ਟਾਈਮ ਬਣ ਸੀ ਤਾਂ ਵੱਧ ਇਸ ਪਾਸੇ ਪਾਣੀ ਅੱਕਾ ਵਿਆ ਸੀ। ਵੈਦਰ ਇਹ ਹੀ ਵੇ ਵੀਵਰੋ, ਇੱਥਾਂ ਦੇ ਇਹ ਲੇਕਿਨ ਦਿਸਦਾ ਕੋਨੀ ਪਿਆ ਬਿਲਕੁਲ, ਇੱਥਾਂ ਬੱਦਲ ਹਨ, ਝਾੜ ਹਨ, ਔਰ ਅੱਜ ਦਾ ਮੌਸਮ ਬਹੁਤ ਹੀ ਅੱਬਰ ਅਲੂ ਦੇ, ਹਰ ਪਾਸੋਂ ਝਾੜੀ ਝਾੜੇ। ਅਤੇ ਇੱਥਾਂ ਥਰੈਸ਼ਰ ਲੱਗੀ ਖੜੀ, ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ, ਅਤੇ ਸ਼ਾਇਦ ਦਰਖਤਾਂ 'ਚ ਦਿਸੀ ਨਾ, ਲੇਕਿਨ ਇਹ ਧੂੜ ਆਉਂਦੀ ਪਈ ਹੈ। ਇੱਥੋਂ ਅੰਦਾਜ਼ਾ ਥੀਂਦਾ ਪਿਓ ਸੀ ਤੁਹਾਨੂੰ ਕਿ ਥਰੈਸ਼ਰ ਅੱਜ ਲੱਗੀ ਖੜੀ ਹੈ, ਕਿਉਂਕਿ ਜ਼ਮੀਨਦਾਰ ਜਿਹੜੇ ਹਨ ਜਾਂ ਕਿਸਾਨ ਹਨ, ਉਹ ਜਲਦੀ ਜਲਦੀ ਫਸਲ ਨਿਮੇਟਣ ਦੇ ਚੱਕਰ ਜਨ ਕਿ ਸਾਡੀ ਜਲਦੀ ਜਲਦੀ ਫਸਲ ਮੁੱਕਣ ਅਤੇ ਅਸਾਂ ਚਾਹੂੰ ਔਰ ਬਖੈਰ ਔਫੀਅਤ ਘਰ ਪੁੱਜਾਉਂ। ਤਾਂ ਮੌਸਮ ਜੂੰ ਹੀ ਖਰਾਬ ਥੀਂਦਾ ਨਾ, ਤਾਂ ਉਹਨਾਂ ਦੀਆਂ ਦੌੜਾਂ ਲੱਗ ਪੈਂਦੀਆਂ, ਔਰ ਦੁਆ ਹੈ ਅੱਲਾ ਹਰ ਮੁਸਲਮਾਨ ਦੀ ਫਸਲਾਂ ਦੀ ਹਿਫਾਜ਼ਤ ਫਰਮਾਵੇ। ਇਹ ਸਾਲ ਦੀ ਰੋਜ਼ੀ ਹੁੰਦੀ ਹੈ, ਤਾਂ ਅਗਰ ਇਹ ਖਰਾਬ ਥੀ ਵਜੇ ਤਾਂ ਜਿਹੜੀ ਮਿਹਨਤ ਮਜ਼ਦੂਰ ਕਸ਼ ਹਨ, ਲੋਕ ਮਿਹਨਤੀ ਹਨ, ਮਿਹਨਤ ਕਰੀਂਦੇ ਹਨ, ਮਜ਼ਦੂਰੀ ਕਰੀਂਦੇ ਹਨ, ਅਤੇ ਸਾਲ ਦੀ ਰੋਜ਼ੀ ਥਾਂ ਬਣਾਉਂਦੇ ਹਨ ਇਹਨਾਂ ਦੇ ਹਨ, ਤਾਂ ਉਹ ਸ਼ੋਦੇ ਬੇਰੁਜ਼ਗਾਰ ਰਹੇ ਮੈਨੂੰ, ਉਹਨਾਂ ਦੀ ਮਜ਼ਦੂਰੀ ਨਹੀਂ ਬਣਦੀ। ਅਤੇ ਜਿਹੜੇ ਜ਼ਮੀਨਦਾਰ ਹਨ, ਉਹਨਾਂ ਨੂੰ ਨੁਕਸਾਨ ਆਉਂਦਾ, ਕਿਉਂਕਿ ਫਸਲ ਅੱਧੀ ਰਾਹ ਜ਼ਾਇਆ ਥੀ ਗਈ, ਵਿੱਚ ਜ਼ਾਇਆ ਥੀ ਗਈ ਰਕਬਾਂ ਦੇ, ਤਾਂ ਲੇਟ ਥੀ ਗਈ, ਬਹੁਤ ਦਾ ਨੁਕਸਾਨ। ਬੋਰ 'ਤੇ ਆਇਆ ਅਤੇ ਇੱਥਾਂ ਆ ਕੇ ਮੈਂ ਮੋਟਰਸਾਈਕਲ ਖੜਾਇਆ ਆਪਣਾ, ਲੇਕਿਨ ਪਰੂ ਜਿਹੜੀ ਹੈ ਨਾ, ਉਹ ਥਰੈਸ਼ਰ ਲੱਗੀ ਖੜੀ ਹੈ, ਤਾਂ ਥਰੈਸ਼ਰ ਦੀ ਵਜ੍ਹਾ ਤੋਂ ਇੱਥਾਂ ਨਾ ਵੀਡੀਓ ਬਣਦੀ ਪਈ, ਨਾ ਬਾਹਣਾ ਯਾਨੀ ਕਿ ਥੀਂਦਾ ਪਈ ਹੈ, ਜੋ ਉਹ ਕਿਉਂਕਿ ਦਧੂੜ ਬਹੁਤ ਜ਼ਿਆਦਾ ਆਉਂਦੀ ਪਈ ਹੈ, ਫਿਰ ਤੋਂ ਉਹ ਬਾਹਰ ਆਉਂਦੀ ਪਈ ਹੈ, ਤਾਂ ਇਸ ਵਜ੍ਹਾ ਤੋਂ ਨਾ ਇੱਥੇ ਬੈਠੇ ਨਹੀਂ ਥੀਂਦਾ, ਨੱਕ ਬੰਦ ਥੀ ਮੈਂ, ਤਾਂ ਬੰਦੇ ਦਾ ਸਾਹ ਬੰਦ ਥੀ ਮੈਂ। ਇਹ ਗੱਲ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਕਿਸਾਨ ਹਨ, ਅੱਜ ਕੱਲ੍ਹ ਕਿਸਾਨਾਂ ਦਾ ਕਿਹਾ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਥਰੈਸ਼ਰਾਂ ਲੱਗਦੀਆਂ ਨੇ ਇਸ ਮੌਸਮ ਨੂੰ, ਗੰਦਮ ਦੀਆਂ ਜਾਂ ਕਾਸ਼ੇ ਦੀਆਂ, ਇੱਥੇ ਥਰੈਸ਼ਰਾਂ ਲੱਗਦੀਆਂ ਨਾ, ਤਾਂ ਆਵਾਮ ਪਾਕਿਸਤਾਨ ਵਿੱਚ ਸੜਕ ਵਾਲੇ ਪਾਸੇ ਮੂੰਹ ਕਰਕੇ ਥਰੈਸ਼ਰ ਲੈਂਦੀ ਹੈ। ਉਹ ਮਰੋ ਮੈਨੂੰ ਇਹ ਦੱਸੋ ਵੀ ਸੜਕ ਵਾਲੇ ਪਾਸੇ ਮੂੰਹ ਥਰੈਸ਼ਰ ਦਾ ਕਰਨ ਨਾਲ ਤੁਹਾਡੇ ਦਾਣੇ ਢੇਰ ਥੀਂਦੇ ਨੇ, ਜਾਂ ਕੀ ਵਜ੍ਹਾ ਹੈ? ਆਵਾਮ ਸੜਕ ਵਾਲੇ ਪਾਸੇ ਮੂੰਹ ਕਰੀਂਦੀ ਹੈ ਥਰੈਸ਼ਰ। ਯਾਰ ਖੁਦਾ ਦਾ ਖੌਫ ਖਾਦਾ ਕਰੋ, ਤੁਸੀਂ ਥੋੜ੍ਹੀ ਜਿਹੀ ਸੜਕ ਤੋਂ ਚੁਕਾ ਕੇ ਤਾਂ ਲਾ ਸਕਦੇ, ਮਤਲਬ ਅਗਰ ਇੱਥੇ ਲੱਗਣੀ ਹੈ ਇੱਥੇ ਸਿੱਧੀ
ਥੋੜ੍ਹੀ ਜਿਹੀ ਇੱਦੇ ਕਰਕੇ ਤਾਂ ਲਾ ਸਕਦੇ ਵੇ ਨਹੀਂ ਸੜਕ ਵਾਲੇ ਪਾਸੇ ਲੈ ਦੇਣ ਤਾਂ ਕਿ ਆਵਾਮ ਜ਼ਲੀਲ ਦੀ ਬੇਬੇ ਉਮਰ ਉਹ ਸਾਲ ਦੀ ਰੋਜ਼ੀਏ ਤੁਹਾਨੂੰ ਕੋਈ ਲੰਘੇ ਸੜਕ ਤੂੰ ਦੁਆਈ ਦੇਣ ਦਾ ਲੰਘੇ ਕਿ ਨਾ ਗਏ ਤੁਹਾਨੂੰ ਆ ਕੇ ਮੈਂਦਾ ਉਹ ਫਿਲਾਣੇ ਢੀਂਗੇ ਤਾਂ ਤੁਹਾਨੂੰ ਗਾਲੀ ਕੱਢ ਕੇ ਤੂੰ ਵਜੇ ਯਾਰ ਮੈਨੂੰ ਪਾਕਿਸਤਾਨ ਦੀ ਸਮਝ ਨਹੀਂ ਆਉਂਦੀ ਮੈਨੂੰ ਲੱਗਦਾ ਅਸਾਂ ਗਲਤ ਜਾ ਤੇ ਪੈਦਾ ਥੀ ਗਏ ਹੈ ਇਹਨਾਂ ਆਪਣੇ ਖਰਬੂਜ਼ਾਂ 'ਤੇ ਬੋਰ ਚਲਾਈ ਰਹੇ ਦੇਖੋ ਅੱਜ ਜ਼ਮੀਨ ਸਿੰਨੀ ਪਈ ਹੈ ਨਾ ਤੁਹਾਨੂੰ ਮੈਂ ਦੱਸਿਆ ਨਾ ਕਿ ਮੈਂ ਤੁਹਾਨੂੰ ਅੱਗਾ ਮੰਨ ਕੇ ਦੱਸਿਆ ਨਾ ਵੀ ਕੱਲ੍ਹ ਅਸਾਂ ਕਿਸ 'ਤੇ ਟਿਊਬਵੈਲ ਆਪਣਾ ਚਲਾਈ ਰਹੇ ਤਾਂ ਇਹ ਸਾਡੇ ਦਰਖਤ ਨੇ ਸੋਰੀ ਖਰਬੂਜ਼ ਇੱਥੇ ਚਲਾਈ ਰਹੇ ਅਤੇ ਬਕਾਇਆ ਇਹ ਘਾਹ ਹੈ ਪੀਆ ਮੇਰਾ ਕੈਮਰਾ ਫੋਕਸ ਨਹੀਂ ਕਰੀਦਾ ਪੀਆ ਇਹ ਘਾਹ ਹੈ ਇਹ ਪਿਲਾ ਹੈ ਖਰਬੂਜ਼ ਹੀ ਪਿਲਾ ਅਤੇ ਜ਼ਮੀਨ ਦੇਖੋ ਅੱਜੇ ਸੀਨੀ ਪਈ ਹੈ ਔਰ ਸਾਡੇ ਦਰਖਤ ਹੀ ਲੱਗੇ ਹੋਏ ਇਹ ਨਾਲ ਨਾਲ ਪਿਲੀ ਵਹਿਣ ਦਿਨ ਫਿਰ ਉਹ ਵਹਿਣ ਹੈ ਘਾਹ ਕਿਉਂਕਿ ਇੱਥੇ ਵੀਡੀਓ ਬਣਾਉਣ ਵਾਲੀ ਹਾਲਤ ਠੀਕ ਹੋ ਨਾ ਕਿਉਂਕਿ ਉਹਨਾਂ ਥ੍ਰੈਸ਼ਰ ਦਵਾਂ ਫਿਰ ਤਾਂ ਸੜਾ ਕੀ ਥਾਂ ਲੰਘਦੀ ਹੈ ਔਰ ਸਾਡੇ ਰਕਬੇ ਵਾਲੇ ਪਾਸੇ ਕੀ ਤਾਂ ਨੇਚਾ ਤਾਂ ਉਹ ਯੱਕਾ ਕੰਮ ਚਿੱਲੀਆਂ ਚਿੱਲੀਆਂ ਥੀ ਅਗੜੇ ਹਰ ਵਹਿੰਦੇ ਅੱਗਾਂ ਵਾਂਗੇ ਵਲੋਗ ਬਣਾਉਣ ਦੇ ਜਿਹਨੇ ਅੱਜ ਤੁਹਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੋ ਨਹੀਂ ਕੀਤਾ ਜਲਦੀ ਜਲਦੀ ਕਰਕੇ ਨੂੰ ਸਬਸਕ੍ਰਾਈਬ ਅਤੇ ਵੱਧ ਕਰੇ ਤਾਂ ਮਜ਼ੇਦਾਰ ਵੀਡੀਓ ਸ਼ੁਰੂ ਵੀਡੀਓ ਦੇਖ ਕੇ ਚੈਨਲ ਸਬਸਕ੍ਰਾਈਬ ਨਹੀਂ ਕਰੀਂਦੇ ਯਾਰ ਤੁਹਾਨੂੰ ਥ੍ਰੈਸ਼ਰ ਦਾ ਵਾਸਤਾ ਥ੍ਰੈਸ਼ਰ ਪਾਕਿਸਤਾਨ ਦੀ ਆਵਾਮ ਦਾ ਵਾਸਤਾ ਥ੍ਰੈਸ਼ਰ ਦਾ ਮੂੰਹ ਜਿਹੜਾ ਉਹ ਸੜਕ ਵਾਲੇ ਪਾਸੇ ਕਰਨ ਦਾ ਵਾਸਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾ ਅਤੇ 4000 ਵਾਟ ਟਾਈਮ ਪੂਰਾ ਕਰਾਓ ਜਾ ਥ੍ਰੈਸ਼ਰ ਦਾ ਮੂੰਹ ਸੜਕ ਵਾਲੇ ਪਾਸੇ ਕਰੀਂਦੇ ਨਾ ਉਹੀ ਸਬਸਕ੍ਰਾਈਬ ਕਰਨ ਔਰ ਜਿਹੜੇ ਸੜਕ ਵਾਲੇ ਪਾਸੇ ਨਹੀਂ ਕਰੀਂਦੇ ਉਹੀ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਕਮੈਂਟ 'ਚ ਦੱਸਾਏ ਕਿ ਤੁਹਾਡੇ ਵਿੱਚ ਕੌਣ ਕੌਣ ਸੜਕ ਦਾ ਵਾਲੇ ਪਾਸੇ ਥ੍ਰੈਸ਼ਰ ਦਾ ਮੂੰਹ ਕਰੀਂਦਾ ਔਰ ਕੌਣ ਕੌਣ ਨਹੀਂ ਕਰੀਂਦਾ ਲਾਜ਼ਮੀ ਕਮੈਂਟ ਬਾਕਸ 'ਚ ਦੱਸਣਾ ਅਗਰ ਤੁਸੀਂ ਲਾਜ਼ਮੀ ਕਮੈਂਟ ਬਾਕਸ 'ਚ ਦੱਸਾਂ ਤਾਂ ਇਨਸ਼ਾਅੱਲਾ ਮੈਂ ਤੁਹਾਨੂੰ ਰਿਪਲਾਈ ਦੇ ਸਾਂ ਅਗਰ ਤੁਹਾਨੂੰ ਨਾ ਦੱਸਾਂ ਤਾਂ ਮੈਂ ਤੁਹਾਨੂੰ ਕੌਣ ਦੇ ਸਾਂ ਬਲਕਿ ਤੁਹਾਡੇ ਆਹ ਸੀ ਜੋ ਕਮੈਂਟ ਕੋ ਨਾ ਮੈਂ ਰਿਪਲਾਈ ਕਰਨ ਦੇ ਸਾਂ ਬੋਰ ਤੋਂ ਆਉਣ ਦੇ ਬਾਅਦ ਮੈਂ ਰੇਡੀ ਥੀ ਚੁੱਕਾਂ ਤਿਆਰ ਥੀ ਚੁੱਕਾਂ ਅਤੇ ਹੁਣ ਕਿੱਡੇ ਵਹਿੰਦਾ ਪਈਆਂ ਹੁਣ ਮੈਂ ਵਹਿੰਦਾ ਪਈਆਂ ਮਨਕੇਰੇ ਆਪਣੇ ਸ਼ਹਿਰ ਮਨਕੇਰੇ ਵਹਿੰਦਾ ਪਈਆਂ ਅਤੇ ਉੱਥਾਂ ਥੋੜ੍ਹੀ ਜਿਹਾ ਕੰਮ ਕਾਰ ਹੈ ਅਤੇ ਉੱਥਾਂ ਅੱਜ ਵੱਧ ਤੁਹਾਨੂੰ ਢੇਰ ਸਾਰਾ ਟਾਈਮ ਲਾਉਣਾ ਮਨਕੇਰਾ ਸ਼ਹਿਰ ਵੰਨ ਕੇ ਅਤੇ ਜੁਲਦੇ ਹਾਂ ਇਨਸ਼ਾਅੱਲਾ ਸਾਡਾ ਨਾਰਾ ਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਅਤੇ ਇਨਸ਼ਾਅੱਲਾ ਮਨਕੇਰੇ ਵਹਿੰਦੇ ਪਏ ਉੱਥੋਂ ਦਵਾਈ ਕੇ ਤੁਹਾਨੂੰ ਮਾਹੌਲ ਚੈੱਕ ਰਹਿੰਦੇ ਹਾਂ ਕਿ ਉੱਥੋਂ ਉੱਥੋਂ ਸੀਨ ਹੈ ਔਰ ਕਿ ਮਾਹੌਲ ਹੈ ਤਾਂ ਸਰ ਨਾਲ ਨਾਲ ਜੁੜੇ ਰਹੇ ਅਤੇ ਨਾਲ ਹੀ ਦੇ ਖੋਲ ਯਾਰ
ਡੇਈ ਵਾਲਾ ਹਾਲ ਤਾਂ ਕੋਈ ਨਹੀਂ ਆਉਂਦਾ ਹੈ ਨਾ, ਜਿਵੇਂ ਓਰੀਜਨਲ ਘਰ ਦੀ ਆਉਂਦੀ ਹੈ ਉਂਝ ਤਾਂ ਨਹੀਂ ਆਉਂਦੀ, ਕਿਵੇਂ ਆਉਂਦੀ ਹੈ ਕਰਾਂ ਚੈੱਕ ਕੀਤੀ ਹੈ, ਇਹ ਤਾਂ ਖੁੱਲਦੀ ਨਹੀਂ, ਖੋਲ ਖੋਲ ਤੂੰ ਖੋਲ ਤਾਂ ਮੇਰੇ, ਸ਼ਾਬਾਸ਼ ਸ਼ਾਬਾਸ਼ ਜੀਂਦੇ ਛੁਆਰ ਜੀਂਦੇ, ਓਹੋ ਓਲੇ ਗੋਦਾਮ ਭਰ ਦਿਓ, ਇਹ ਗੋਦਾਮ ਜਿਹੜਾ ਖੜੇ ਭਰ ਦਿਓ, ਕਣਕ ਦੀ ਐਵਰੇਜ ਕਿਤਨੀ ਆਈ ਏ, ਬਾਰਾਂ ਹੋਰੀਆਂ ਸੱਚੀ ਆ ਕੂੜੀ ਸੱਚੀ, ਅੱਛਾ ਅੱਛਾ ਰੱਖ ਪਤਾ ਨੀ ਵੇ ਕਢਾਈ ਖੜੇ ਯਕੀ 12-13 ਬੋਰੀਆਂ ਤੇ ਥਈ ਕਿਤਨੀ ਹੈ, 17 ਬੋਰੀਆਂ ਤੁਹਾਡਾ ਟਾਰਗੇਟ 11-12-13 ਚੰਗੀ ਥੀ ਗਈ ਹੈ, ਅੱਲਾ ਨਸੀਬ ਕਰੇ, ਖਰਚ ਮਰਜੇ ਵਾਲਾ ਹੈ ਇਹਦੇ ਚ ਨਾ, ਰੇਟ ਕਣਕ ਦੇ ਘੱਟ ਹੈ ਨਾ ਜਿਹਦੀ ਵਜ੍ਹਾ ਤੋਂ ਨੁਕਸਾਨ ਹੈ, ਉਹ ਨਾ ਐਵਰੇਜ ਠੀਕ ਆਉਂਦੀ ਪਈ ਫਿਲਹਾਲ, ਅੱਗਾਂ ਦਾ ਨਹੀਂ ਪਤਾ, ਪਰ ਇਹ ਹਨ ਮੇਰੇ ਦੋਸਤ ਹਨ, ਕੱਲ੍ਹ ਦੇ ਵੀ ਲਾ ਕੇ ਚੀ ਸ਼ਾਇਦ ਰਿੱਠਾ ਹੋ ਸੀ, ਤਾਂ ਇੰਨਾ ਹੀ ਕਹਿਣਾ ਚਾਹੀਏ ਕਿਉਂਕਿ ਮੌਸਮ ਖਰਾਬ ਦੀ ਹੈ ਕੜਾਈ, ਤਾਂ ਇੰਨਾ ਕਹਿ ਜਲਦੀ ਜਲਦੀ ਚਾਹ ਕਿਨੂੰ ਅਤੇ ਚਾਹ ਨੇ ਅਤੇ ਘਰ ਆਏ ਖੜੇ ਸੱਟਣ ਅਤੇ ਉੱਥਾਂ ਹਾਲ ਹਵਾਲ ਗੀਤ ਹੈ ਸੁਣ ਗੀਤਾ ਉਹਦੇ, ਤੁਸਨ ਸਾਹਿਬ ਤੁਹਾਡੇ ਕੋਲ ਕਿ ਐਵਰੇਜ ਆਉਂਦੀ ਪਈ ਔਰ ਕਿ ਕਣਕਾਂ ਦੀ ਸੂਰਤ ਹਾਲ ਹੈ ਜਾਂ ਨਿਕਲ ਗਈਆਂ ਜਾਂ ਪਈਆਂ, ਤਾਂ ਇੱਥੇ ਪਰ ਜਿਹੜੀ ਇਹ ਸੂਰਤ ਹਾਲ ਹੈ ਤੁਹਾਨੂੰ ਸੁਣ ਕੀਤੀਏ, ਅਗੇ ਵਾਰ ਵੈਸੇ ਇਸ ਵਾਰੀ ਕਿਸਾਨਾਂ ਨਾਲ ਨੂੰ ਜ਼ਿਆਦਤੀ ਦਿੰਦੀ ਪਈ ਆਪਸ ਦੀ ਗੱਲ ਹੈ ਕਿ ਇਤਨਾ ਇੱਕ ਨਹੀਂ ਹੋਣਾ ਚਾਹੀਦਾ ਉਹਨਾਂ ਨਾਲ, ਕਿਉਂਕਿ ਆਖਿਰ ਡੇਗੀ ਨੂੰ ਤੁਸੀਂ ਕਿਸਾਨ ਉਹਦਾ ਸਾਲ ਦੀ ਮਿਹਨਤ ਹੈ, ਕਿਉਂਕਿ ਤੁਸੀਂ ਖਾਦਾਂ ਦੇ ਰੇਟ ਡੇਗੀ ਨੂੰ, ਉਸ ਤੋਂ ਇਲਾਵਾ ਮਤਲਬ ਡੀਜ਼ਲਾਂ ਦੇ ਹਰ ਚੀਜ਼ ਦਾ ਰੇਟ, ਔਰ ਤੁਸੀਂ ਹੁਣ ਗੰਦਮ ਦਾ ਰੇਟ ਚੈੱਕ ਕਰੋ, ਵੈਸੇ ਥੋੜ੍ਹੀ ਬਹੁਤ ਜ਼ਿਆਦਤੀ ਹੈ, ਥੋੜ੍ਹੀ ਬਹੁਤ ਨਾ ਬਲਕਿ ਚੰਗੀ ਭਲੀ ਜ਼ਿਆਦਤ ਸੀਗੀ, ਦੁਆ ਹੈ ਅੱਲਾ ਮੁਲਕ ਪਾਕਿਸਤਾਨ ਦੇ ਹਾਲਾਤ ਬਿਹਤਰ ਕਰੇ ਔਰ ਬਿਹਤਰੀ ਦੀ ਤਰਫ ਇਹਨੂੰ ਗਾਮਜ਼ਨ ਕਰੇ, ਤਾਂ ਕਿ ਗਰੀਬ ਅਵਾਮੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੇ, ਹਰ ਗਰੀਬ ਨੂੰ ਅੱਲਾ ਇਤਨੀ ਰੋਜ਼ੀ ਦੇਵੇ ਕਿ ਉਹ ਇੱਕ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕੇ, ਕਿਉਂਕਿ ਅੱਜ ਕੱਲ੍ਹ ਦੇ ਦੌਰੇ ਜਿਹੜੀ ਮਹਿੰਗਾਈ ਹੈ ਗਰੀਬ ਦਾ ਆਰਾਮਣਾ ਬਹੁਤ ਔਖਾ ਥੀ ਜਾਂਦੀ ਹੈ ਹਕੀਕਤ ਹੈ, ਪਰ ਅੱਜ ਵਲੋਗ ਦਾ ਕਰਿਆ ਤੁਸੀਂ ਥਾਂ ਐਂਡ, ਅੱਜ ਦਾ ਵਲੋਗ ਥੋੜ੍ਹਾ ਜਿਹਾ ਮਿੰਨੀ ਹਾਈ ਲੇਕਿਨ ਇਤਨਾ ਵੀ ਕੌਣ ਨਹੀਂ, ਅਤੇ ਅੱਜ ਦੇ ਵਲੋਗ ਦੇ ਐਡ ਕਰੇ ਸੋ ਇਨਸ਼ਾਅੱਲਾ ਮਿਲ ਸੋ ਨਵੇਂ ਵਲੋਗ ਦੇ, ਉਹਦਾ ਬੜਾ ਢੇਰ ਸਾਰਾ ਖਿਆਲ ਰੱਖਾ ਹੈ, ਅਤੇ ਸਾਨੂੰ ਦੋਵਾਂ ਯਾਦ ਰੱਖਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਗਿਨੋ, ਬੈੱਲ ਆਈਕਨ ਦਾ ਬਹੁਤ ਅਤੇ ਆਲ ਦੇ ਉੱਤੇ ਕਲਿੱਕ ਕਰਾਏ, ਤਾਂ ਕਿ ਸਾਡੀ ਹਾਰ ਆਉਣ ਵਾਲੀ ਵੀਡੀਓ ਤੋਂ ਇੱਦਾਂ ਨੋਟੀਫਿਕੇਸ਼ਨ ਤੁਹਾਨੂੰ ਮਿਲੇ, ਅਤੇ ਇਨਸ਼ਾਅੱਲਾ ਤੋਂ ਜਲਦੀ ਜਲਦੀ ਮੇਰਾ ਚੈਲੇਂਜ ਪੂਰਾ ਕਰਾਓ, ਮੋਨੀਟਾਈਜ਼ ਕਰਾਓ ਚੈਨਲ, ਯਾਨੀ ਕਿ 1000 ਸਬਸਕ੍ਰਾਈਬਰ ਔਰ 4000 ਵਾਈਡ ਟਾਈਮ, ਤਾਂ ਇਨਸ਼ਾਅੱਲਾ ਮਾਤਾ ਦਾ ਢੇਰ ਸਾਰੀ ਵਧੀ ਸਾਰੀ ਪਾਰਟੀ ਕਰੇ ਸੂ, ਅਤੇ ਤੁਸੀਂ ਵੀਡੀਓ ਅਗਰ ਓਪਨ ਕਰੀ ਦੇਵੇ ਤਾਂ ਖੁਦਾ ਦੇ ਬੰਦੇ ਦੀ ਡਿੱਠੀ ਪੂਰੀ ਕਰੋ, ਅਤੇ ਇਨਸ਼ਾਅੱਲਾ ਮੈਨੂੰ ਸੁਣਿਆ ਵੀਰੋ ਤਾਂ ਬੜਾ ਢੇਰ ਸਾਰਾ ਖਿਆਲ ਰੱਖਾ ਹੈ, ਅੱਲਾ ਹਾਫਿਜ਼ ਬਾਏ।